ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿੰਨੇ ਵੀ ਸਾਰੇ ਸੰਗਰੂਰ ਹਲਕੇ ਦੇ ਵਰਕਰਸ ਨੇ ਤੇ ਵੋਟਰਸ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਅਸੀਂ ਵਾਅਦੇ ਕੀਤੇ ਨੇ ਪਿਛਲੇ ਦਿਨਾਂ ਤੇ ਉਹਨਾਂ ਨੂੰ ਪੂਰਾ ਕਰਾਂਗੇ ਅਸੀਂ ਤੇ ਅੱਗੇ ਸੈਂਟਰ 'ਚ ਜਾ ਕੇ ਪੂਰੇ ਕੰਮ ਕਰਾਂਗੇ। ਬਸ ਉਹੀ ਅੱਗੇ ਜਾ ਕੇ ਤੁਸੀਂ ਇੰਨੀ ਵੱਡੀ ਲੀਡ ਨਾਲ ਸਾਨੂੰ ਜਿਤਾਇਆ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਅੱਗੇ ਜਾ ਕੇ ਅਸੀਂ ਤੁਹਾਡੀ ਸੇਵਾ ਕਰਾਂਗੇ ਤੇ ਸੈਂਟਰ 'ਚ ਜਾ ਕੇ ਸਾਰੇ ਵਾਅਦੇ ਪੂਰੇ ਕਰਾਂਗੇ। ਬਹੁਤ ਬਹੁਤ ਮੁਬਾਰਕਾਂ ਦਿੰਦੀਆਂ ਮੀਤਹੇਰ ਜੀ ਨੂੰ, ਬੇਟੇ ਨੂੰ। ਮੀਤਹੇਰ ਜੀ ਇੱਕ ਬਹੁਤ ਕਾਮਯਾਬ ਜਿਹੜੇ ਲੀਡਰ ਨੇ, ਨੌਜਵਾਨ ਲੀਡਰ ਨੇ, ਪੜ੍ਹੇ ਲਿਖੇ। ਅਸੀਂ ਇਹੀ ਪ੍ਰਚਾਰ ਕਰਦੇ ਰਹੇ ਹਾਂ ਲੋਕਾਂ ਵਿੱਚ ਕਿ ਇਹ ਪੜ੍ਹੇ ਲਿਖੇ ਲੀਡਰ ਨੇ ਤੇ ਇੰਜੀਨੀਅਰਿੰਗ ਕੀਤੀ ਵੀ, ਇਹਨਾਂ ਨੂੰ ਪਤਾ ਹੈ ਵੀ ਵਿਕਾਸ ਦੇ ਕੰਮ ਕਿਸ ਤਰ੍ਹਾਂ ਕਰਨੇ ਹੈ, ਪਿੰਡਾਂ ਦਾ ਵਿਕਾਸ ਕਿਸ ਤਰ੍ਹਾਂ ਕਰਨਾ ਹੈ। ਹੁਣ ਇਹਨਾਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ 9 ਹਲਕਿਆਂ ਦੀ ਆਈ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਪਿੰਡਾਂ ਦਾ ਵਿਕਾਸ ਜਿਸ ਤਰ੍ਹਾਂ ਸਾਡੀਆਂ ਉਮੀਦਾਂ ਨੇ ਨਾ, ਬਹੁਤ ਉਮੀਦਾਂ ਨੇ 9 ਹਲਕਿਆਂ ਦੀਆਂ, ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਸਾਡੀ ਉਮੀਦ 'ਤੇ ਪੂਰੇ ਉਤਰਨਗੇ ਤੇ ਵੱਡੀ ਲੀਡ ਨਾਲ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਜਿਹੜੇ ਲੋਕ ਸਭਾ ਹਲਕਾ ਨਿਵਾਸੀਆਂ ਨੂੰ। ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਨਾਲ ਮੀਤਹੇਰ ਜੀ ਨੂੰ ਜਿਤਾਇਆ ਤੇ ਜੋ ਆਮ ਆਦਮੀ ਪਾਰਟੀ ਦੇ ਕੰਮ ਕੀਤੇ, ਮੀਤਹੇਰ ਜੀ ਨੇ ਜੋ ਆਪਣੇ ਬਰਨਾਲਾ ਹਲਕੇ ਦੇ ਵਿੱਚ ਵਿਕਾਸ ਦੇ ਕੰਮ ਕੀਤੇ, ਇਹ ਉਹਨਾਂ ਦਾ ਰਿਜ਼ਲਟ ਹੈ। ਉਹਨਾਂ ਦਾ ਰਿਜ਼ਲਟ ਅੱਜ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਤੇ ਸਰਕਾਰ ਜਿਹੜੀ ਹੈ ਉਹ MP ਬਣ ਕੇ ਸਰਕਾਰ ਦੇ ਵਿੱਚ ਲੋਕ ਸਭਾ ਦੇ ਵਿੱਚ ਜਾਣਗੇ ਤੇ ਉਹ ਪੰਜਾਬ ਦੇ ਮੁੱਦੇ ਇਸੇ ਤਰ੍ਹਾਂ ਉਠਾਉਣਗੇ ਜਿਸ ਤਰ੍ਹਾਂ ਉਹ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਦੇ ਉਠਾਉਂਦੇ ਸੀ। ਤੇ ਸਾਨੂੰ ਬਹੁਤ ਮਾਣ ਹੈ ਕਿ ਹੁਣ ਸਾਰੇ ਪੰਜਾਬ ਦੇ ਮੁੱਦੇ ਉਹ ਬੜੇ ਜ਼ੋਰ ਸ਼ੋਰ ਨਾਲ ਉਠਾਉਣਗੇ। ਪਬਲਿਕ ਦੀ ਜਿੱਤ ਹੈ, ਸਾਰੇ ਵਰਕਰਾਂ ਦੀ, ਵਲੰਟੀਅਰ ਦੀ, ਸਾਰਿਆਂ ਨੇ ਰਲ ਮਿਲ ਕੇ ਜਿੱਤ ਪ੍ਰਾਪਤ ਕੀਤੀ ਹੈ ਤੇ ਮੀਰ ਸਾਹਿਬ ਦੇ ਕੰਮ ਕਰਦਾ ਤੇ ਅੱਗੇ ਨੂੰ ਕਰਦਾ ਵੀ ਰਹੂਗਾ। ਅਸੀਂ ਸਾਰਿਆਂ ਦਾ ਧੰਨਵਾਦ ਕਰਦਾ, ਸਮੇਤ ਤੁਹਾਡਾ ਵੀ ਕਰਦਾ। ਅਗਰ ਜੋ ਪਬਲਿਕ ਦੀਆਂ ਲੋੜਾਂ ਹੋਣ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ, ਜੋ ਮੁੱਦੇ ਪਬਲਿਕ ਚਾਹੂਗੀ ਸਾਰੇ ਪੂਰੇ ਹੋਣਗੇ। ਸਾਨੂੰ ਤਾਂ ਇਹੀ ਚਾਹੁੰਦੇ ਹਾਂ ਵਾਹਿਗੁਰੂ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ। ਪਹਿਲਾਂ ਵੀ 2 ਵਾਰੀ ਜਿੱਤ ਹੋਈ ਹੈ, ਉਦੋਂ ਵੀ ਕਰਦੇ ਸੀ ਤੇ ਹੁਣ ਉਦੋਂ ਵੀ ਜ਼ਿਆਦਾ ਕਰਦੇ ਹਾਂ। ਪਰਮਾਤਮਾ ਲਈ ਮਿਹਰ ਹੈ ਉਹਦੇ ਅਤੇ ਇਹੀ ਇਸ ਤਰ੍ਹਾਂ ਹੀ ਉਹਨੂੰ ਕੰਮ ਕਰਨ ਦਾ ਬਲ ਬਖਸ਼ੇ, ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ, ਇੱਕ ਵਧੀਆ ਕੰਮ ਤੇ ਮੁੱਦੇ ਲੈ ਕੇ ਅੱਗੇ ਚੱਲੇ। ਵਰਕਰਾਂ ਦੀ ਹੱਦੋਂ ਵੱਧ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੀਤ ਨਾਲੋਂ ਵੀ ਹੋ ਸਕਦਾ ਕਿਸੇ ਨੇ ਵੱਧ ਜ਼ੋਰ ਲਾਇਆ ਹੋਵੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੋਟਰਾਂ ਦੇ ਕਰਕੇ ਤੇ ਸਪੋਰਟ ਦੇ ਕਰਕੇ, ਤਾਂ ਅੱਜ ਮੀਤ ਇੱਥੇ ਖੜ੍ਹਾ ਹੈ। ਉਹਨਾਂ ਦੀ ਵੋਟ ਤੇ ਸਪੋਰਟ ਦੀ ਸਾਨੂੰ ਹਰ ਵੇਲੇ ਲੋੜ।